ਸਿੰਗਲਾ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ 1977 ਤੋਂ ਲੈ ਕੇ 1924 ਤੱਕ ਪਾਰਟੀ ਨਾਲ ਜੁੜਿਆ ਰਿਹਾ। ਪਾਰਟੀ ਨੇ ਬਾਅਦ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਨੇ ਮੈਨੂੰ ਬੜਾ ਮਾਣ ਸਨਮਾਨ ਦਿੱਤਾ। ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾਦਲ, PAC ਮੈਂਬਰ ਸ਼੍ਰੋਮਣੀ ਅਕਾਲੀ ਦਲ ਬਾਦਲ ਬਣਾਇਆ, ਚੇਅਰਮੈਨ ਬਣਾਇਆ। ਪਹਿਲਾਂ ਵਾਈਸ ਚੇਅਰਮੈਨ ਪੰਜਾਬ ਐਗਰ ਫੂਡ ਟ੍ਰੇਡ ਕਾਰਪੋਰੇਸ਼ਨ ਦਾ ਬਣਾਇਆ, ਫਿਰ ਮੈਨੂੰ ਸੀਨੀਅਰ ਵਾਈਸ ਚੇਅਰਮੈਨ PSIDC ਚੰਡੀਗੜ੍ਹ ਪੰਜਾਬ ਦਾ ਬਣਾਇਆ। ਉਸ ਤੋਂ ਪਹਿਲਾਂ FCI ਦਾ ਡਾਇਰੈਕਟਰ ਮੈਨੂੰ ਨੌਰਥ ਇੰਡੀਆ ਦਾ ਲਾਇਆ, ਅਤੇ 4 ਵਾਰੀ ਮੈਨੂੰ FCI ਰੀਜਨ ਪੰਜਾਬ ਦੇ ਮੈਂਬਰ ਬਾਦਲ ਸਾਹਿਬ ਨੇ ਬਣਾਇਆ। ਬਾਦਲ ਸਾਹਿਬ ਜੀ ਨਾਲ ਮੇਰਾ ਪਾਰਟੀ ਤੋਂ ਛੱਡ ਕੇ ਪਰਿਵਾਰਕ ਰਿਸ਼ਤਾ ਸੀ, ਮੇਰੀ ਬਹੁਤ ਇੱਜ਼ਤ ਕਰਦੇ ਸੀ। ਮਰਨ ਜੰਮਣ ਵਿਆਹ ਸ਼ਾਦੀ ਮੇਰੇ ਹਰੇਕ ਪ੍ਰੋਗਰਾਮ 'ਚੋਂ ਸ਼ਾਮਿਲ ਹੁੰਦੇ ਸੀ। ਪਰ ਜਿਹੜੇ ਹੁਣ ਨੇ, ਮੇਰੀ ਜਿਹੜੀ ਮਜਬੂਰੀ ਬਣੀ ਹੈ ਜਾਣ ਦੀ, ਪਾਰਟੀ ਮੈਂ ਛੱਡਦਾ ਨਹੀਂ ਸੀ, ਮੇਰੀ ਛੱਡਣ ਦੀ ਮਜਬੂਰੀ ਇਹ ਬਣੀ ਜਦੋਂ ਅਯੋਧਿਆ ਮੰਦਰ ਢਾਹਿਆ ਸੀ, ਅਯੋਧਿਆ ਦੇ ਵਿੱਚ ਮੰਦਰ ਨੂੰ ਢਾਹਿਆ ਸੀ, ਉਦੋਂ ਅਸੀਂ ਕਾਫੀ ਲੋਕ ਇੱਥੋਂ ਗਏ ਸੀ, ਮੈਂ ਤਾਂ ਨਹੀਂ ਗਿਆ, ਕਾਫੀ ਲੋਕ ਗਏ ਸੀ। ਉਦੋਂ ਇੱਕ ਸੱਟ ਪਈ ਵੀ ਆਪਣਾ ਮੰਦਰ ਢਾਹ ਤਿਆ। ਅੱਜ ਉਸ ਮੰਦਰ ਨੂੰ ਬਣਾਉਣ ਵਾਸਤੇ ਸਾਡੇ ਪ੍ਰਧਾਨ ਮੰਤਰੀ ਹਿੰਦੁਸਤਾਨ ਦੇ ਮੋਦੀ ਸਾਹਿਬ ਨੇ ਉਹ ਮੰਦਰ ਦਾ ਕਾਰਜਕਾਲ ਪੂਰਾ ਕਰ ਦਿੱਤਾ, ਅਤੇ ਕਾਰਜਕਾਲ ਪੂਰਾ ਕਰਕੇ ਅੱਜ ਉਹ ਅਯੋਧਿਆ ਦੇ ਵਿੱਚ ਇੱਕ ਮਿਸਾਲ ਹੈ ਵੀ ਜਿਹੜਾ ਮੰਦਰ ਬਣਾਇਆ ਇਸ ਨੂੰ ਕੋਈ ਹੋਰ ਨਹੀਂ ਬਣਾ ਸਕਦਾ ਸੀ। ਦੂਜਾ ਨੰਬਰ ਇਹ ਹੈ ਕਿ ਮੈਂ ਹਿੰਦੂ ਹੋਣ ਦੇ ਨਾਤੇ ਜਿਹੜਾ ਮੈਂ ਪਾਰਟੀ ਆਪਣੀ ਜੁਆਇਨ ਕਰਨ ਦੀ ਪਹਿਲ BJP ਨੂੰ ਦਿੱਤੀ। ਤੁਸੀਂ BJP 'ਚ ਸ਼ਾਮਿਲ ਹੋਏ, BJP ਦਾ ਪੰਜਾਬ ਦੇ ਵਿੱਚ ਪਹਿਲਾਂ ਹੀ ਕਿਸਾਨ ਵਿਰੋਧ ਕਰ ਰਹੇ ਨੇ, ਹੋਰ ਵੀ ਕਾਫੀ ਲੋਕਾਂ ਦਾ ਵਿਰੋਧ ਹੈ ਕਿਉਂਕਿ ਭਾਜਪਾ ਜਿਹੜੀ ਹੈਗੀ ਹੈ ਪੰਜਾਬ ਦੇ ਵਿੱਚ ਇੰਨੀ ਨਹੀਂ ਅੱਗੇ ਵਧੀ ਹੋਈ। ਪੰਜਾਬ ਦੇ ਵਿੱਚ ਠੀਕ ਹੈ, BJP ਦਾ ਵਿਰੋਧ ਹੋ ਰਿਹਾ ਹੈ, ਕੁਝ ਗੱਲਾਂ ਚਲੋ ਕਿਸਾਨਾਂ ਦੀਆਂ ਵੀ ਸੀਆਂ, ਸਰਕਾਰ ਨੂੰ ਵੀ ਚਾਹੀਦਾ ਸੀ ਵੀ ਬੈਠ ਕੇ ਕੋਈ ਮਸਲੇ ਹੱਲ ਕਰ ਦੇ, ਪਰ ਉਹਨਾਂ ਨੇ ਬੜਾ ਜ਼ੋਰ ਲਾਇਆ, ਉਹ ਨਹੀਂ ਹੱਲ ਹੋਇਆ। ਅਤੇ ਹੁਣ ਵੀ ਅਸੀਂ ਸ਼ਾਮਿਲ ਹੋਏ ਹਾਂ ਜਿਹੜੇ ਭਾਜਪਾ 'ਚ, ਅਸੀਂ ਆਪਣੇ ਕੈਂਡੀਡੇਟਾਂ ਨੂੰ ਜਾਂ ਆਪਣੇ ਲੀਡਰਾਂ ਰਾਹੀਂ ਅਸੀਂ ਤਾਂ ਹੁਣ ਵੀ ਕਹਾਂਗੇ ਵੀ ਇਹ ਕਿਸਾਨਾਂ ਦਾ ਜਿਹੜਾ ਮਸਲਾ ਹੈ ਪਹਿਲ ਦੇ ਤੌਰ 'ਤੇ ਹੱਲ ਹੋਣਾ ਚਾਹੀਦਾ। ਕੀ ਲੱਗਦਾ ਤੁਹਾਨੂੰ ਵੀ ਭਾਜਪਾ ਦਾ ਪੰਜਾਬ ਦੇ ਵਿੱਚ ਆਧਾਰ ਹੋਊਗਾ, ਕਿਉਂਕਿ ਜਿਸ ਤਰ੍ਹਾਂ ਜਿਹੜੀਆਂ ਇਹਨਾਂ ਨੂੰ ਸੀਟਾਂ ਆਉਂਦੀਆਂ ਸੀ ਤਾਂ ਜਲੰਧਰ ਸਾਈਡ ਹੀ ਆਉਂਦੀਆਂ ਸੀ, ਇੱਥੇ ਪੰਜਾਬ 'ਚ ਤਾਂ ਹੈ ਹੀ ਨਹੀਂ ਸੀ ਕੁਛ। ਪੰਜਾਬ ਦੇ ਵਿੱਚ ਅੱਜ ਜਿਹੜਾ ਰਾਮ ਦਾ ਨਾਂ ਹੈ, ਇਹ ਇੱਕ ਜਿਵੇਂ ਤੂਫਾਨ ਆਇਆ ਸੀ ਪਹਿਲਾਂ ਸਰਕਾਰ ਬਣੀ ਆ ਉਹਨਾਂ ਦੀ, ਦੂਜੀ ਪਾਰਟੀਆਂ ਦੀ, ਅੱਜ ਇਹ ਤੂਫਾਨ ਆਇਆ ਹੋਇਆ ਹੈ। ਮੰਡੀਆਂ ਦੇ ਵਿੱਚ ਹਰੇਕ ਬੰਦਾ ਆਰਾਮ ਦਾ ਨਾਂ ਜਪ ਰਿਹਾ, ਹਰੇਕ ਕਹਿੰਦਾ ਵੀ ਜੇ ਤੂੰ ਹਿੰਦੂ ਹੈ ਤਾਂ ਵੋਟ ਜਿਹੜੀ ਆ BJP ਨੂੰ ਪਾ। ਮੈਂ ਇਹ ਗੱਲ ਕਹਿੰਦਾ ਵੀ ਜਿਹੜੀ ਸੀਟਾਂ ਨੇ ਇਹ, ਅਸੀਂ ਕਹਿੰਦੇ ਵੀ 10 ਦੇ ਕਰੀਬ ਇਹ ਸੀਟਾਂ BJP ਪਾਰਲੀਮੈਂਟ ਦੀਆਂ ਜਿੱਤੂਗੀ। ਪੰਜਾਬ 'ਚ ਪੰਜਾਬ 'ਚੋਂ ਸਰਕਾਰ ਮੋਦੀ ਸਾਹਿਬ ਦੀ ਬਣੂਗੀ, ਪੰਜਾਬ 'ਚੋਂ 10 ਸੀਟਾਂ BJP ਜਿੱਤੂਗੀ। ਹੁਣ ਜਿਹੜਾ ਸਾਨੂੰ ਮੋਦੀ ਸਾਹਿਬ ਨੇ ਆਪਣਾ ਕੈਂਡੀਡੇਟ ਦਿੱਤਾ, ਅਰਵਿੰਦ ਖੰਨਾ ਜੀ, ਅਰਵਿੰਦ ਖੰਨਾ ਜੀ ਐਸੇ ਸ਼ਖਸ ਨੇ
ਜਿਨ੍ਹਾਂ ਨੇ ਪਹਿਲਾਂ ਮੰਤਰੀ ਨਾ ਹੁੰਦੇ MP ਨਾ ਹੁੰਦੇ ਹੋਏ MLA ਰਹੇ ਨੇ, ਉਹ ਤਾਂ ਪਹਿਲੀ ਇੰਨੀਆਂ ਸਕੀਮਾਂ ਚਲਾ ਰਿਹਾ ਹੈ, ਦਵਾਈਆਂ ਦੇ ਰਿਹਾ, ਮਸ਼ੀਨਾਂ ਦੇ ਰਿਹਾ, ਗਰੀਬਾਂ ਨੂੰ ਆਪਣਾ ਰਾਸ਼ਨ ਦੇ ਰਿਹਾ, ਉਹ ਤਾਂ ਪਹਿਲੀ ਆਪਣਾ ਸਰਕਾਰ ਦੇ ਕੰਮ ਜਿਹੜੇ ਪਹਿਲੀ ਕਰਨ ਲੱਗ ਰਹੇ ਹੈ। ਪਰ ਜਿਹੜਾ ਅੱਜ ਅਰਵਿੰਦ ਖੰਨਾ ਜੀ, ਉਹ ਮੋਦੀ ਸਾਹਿਬ ਦੇ ਬਹੁਤ ਨੇੜੇ ਨੇ, ਇਹ ਜਿੱਤਣਗੇ ਅਤੇ ਸੈਂਟਰ ਦੇ ਵਿੱਚ ਵਜ਼ੀਰ ਬਣਨਗੇ, ਅਤੇ ਲਹਿਰੇ ਹਲਕੇ ਸੰਗਰੂਰ ਹਲਕੇ ਦੀ ਅਤੇ ਖਾਸ ਕਰ ਲਹਿਰੇ ਹਲਕੇ ਦੀ ਨਹਿਰ ਨੂੰ ਬਦਲ ਕੇ ਛੱਡਣਗੇ। ਅਤੇ ਨਾਲ ਮੈਂ ਇੱਕ ਹੋਰ ਵੀ ਮੰਗ ਰੱਖਾਂਗਾ ਇਹਨਾਂ ਤੋਂ, ਆੜ੍ਹਤੀਆਂ ਦੀ ਜਿਹੜੀ ਕਮਿਸ਼ਨ ਹੈ, ਅਪੀਲ ਕਰਾਂਗੇ ਪਾਰਟੀ ਨੂੰ ਵੀ ਜਿਹੜੀ 2.5 ਤੋਂ 1.5 ਕਰਤੀ, ਉਹਦੀ ਵੀ ਅਸੀਂ ਬੇਨਤੀ ਕਰਾਂਗੇ ਵੀ ਜਿਹੜੀ ਇਹ ਹੈ 2.5% ਕੀਤੀ ਜਾਵੇ।